ਪਟਿਆਲਾ ਤੁਹਾਡੇ ਲਈ ਕੰਢਿਆਂ ਵਾਲਾ ਤਾਜ ਜਿਹੜਾ ਉਹ ਰਹਿਣਾ ਵਾ, ਇੰਨਾ ਆਸਾਨ ਨਹੀਂ ਹੈ ਪਟਿਆਲਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੈ ਪਟਿਆਲਾ, ਧਰਮਵੀਰ ਗਾਂਧੀ ਇੱਥੋਂ ਜਿੱਤ ਚੁੱਕੇ ਨੇ, ਦੂਜੇ ਪਾਸੇ ਕੈਬਨਿਟ ਮੰਤਰੀ ਡਾਕਟਰ ਬਲਬੀਰ ਹੋਰੀ ਮੈਦਾਨ ਦੇ ਵਿੱਚ ਨੇ। ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਆ ਮੇਰੇ 'ਤੇ। ਤੁਸੀਂ ਦੇਖੋ ਵੀ ਅੱਜ ਮਹਾਨ ਦਿਨ ਆ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਅੱਜ ਦੇ ਦਿਨ ਜ਼ੁਲਮ ਦੇ ਖਿਲਾਫ਼ ਲੜਾਈ ਲੜਨ ਵਾਸਤੇ ਕੀਤੀ ਸੀਗੀ। ਔਰ ਅੱਜ ਉਸ ਮਹਾਨ ਦਿਨ ਦਿਵਸ 'ਤੇ ਜਦੋਂ ਟਿਕਟ ਅਨਾਊਂਸ ਹੋਈ ਆ, ਮੈਂ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਨਤਮਸਤਕ ਹੋ ਕੇ ਨਿਕਲਿਆ ਹੀ ਸੀਗਾ ਜਦੋਂ ਮੈਨੂੰ ਇਹ ਸੂਚਨਾ ਮਿਲੀ ਆ। ਔਰ ਮੈਂ ਤੁਹਾਨੂੰ ਦੱਸਾਂ ਕਿ ਪਰਮਾਤਮਾ ਦੀ ਐਡੀ ਵੱਡੀ ਬਖਸ਼ਿਸ਼ ਆ ਮੇਰੇ 'ਤੇ। ਮੈਂ ਇੱਕ ਛੋਟੇ ਜਿਹੇ ਪਿੰਡ 'ਚ ਪੈਦਾ ਹੋਇਆ, ਸਰਕਾਰੀ ਸਕੂਲਾਂ 'ਚ ਮੈਂ ਪੜ੍ਹਿਆ, ਮੈਂ ਬੀ ਐੱਸ ਸੀ ਕਰੀ, ਐੱਮ ਐੱਸ ਸੀ ਕਰੀ, ਪਿੰਡ ਦਾ ਸਰਪੰਚ ਬਣਿਆ, ਦੋ ਵਾਰੀ ਕੌਂਸਲ ਪ੍ਰਧਾਨ ਬਣਿਆ, ਫਿਰ ਦੋ ਵਾਰੀ ਵਿਧਾਇਕ ਬਣਿਆ, ਮਿਨਿਸਟਰ ਰਿਹਾ। ਔਰ ਪਾਰਟੀ ਨੇ ਉਸ ਜ਼ਿਲ੍ਹੇ ਦੀ ਜ਼ਿੰਮੇਵਾਰੀ, ਲੋਕ ਸਭਾ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਆ, ਜਿੱਥੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਸਾਹਿਬ ਜਿਸ ਜ਼ਿਲ੍ਹੇ ਦੀ ਰਹਿਨਵਾਈ ਕਰਦੇ ਰਹੇ, ਕੈਪਟਨ ਕਮਲਜੀਤ ਸਿੰਘ ਜੀ ਇਸ ਹਲਕੇ ਦੀ ਸੇਵਾ ਕਰਦੇ ਰਹੇ। ਮੈਨੂੰ 1992 'ਚ ਜਥੇਦਾਰ ਗੁਰਚਰਨ ਸਿੰਘ ਟੌੜਾ ਜੀ ਨੇ ਪਾਰਟੀ ਜੁਆਇਨ ਕਰਵਾਈ ਤੀ, ਔਰ ਇੱਕੋ ਹੀ ਗੱਲ ਕਹੀ ਸੀ ਕਿ ਸਮਾਜਿਕ ਕਦਰਾਂ ਕੀਮਤਾਂ ਦੀ ਜਿਹੜੀ ਜ਼ਿੰਦਗੀ ਦੇ ਅੰਦਰ ਧਾਰਨ ਕਰਨੀਆਂ ਚਾਹੀਦੀਆਂ, ਔਰ ਜਿੱਥੇ ਰਹੋ ਅਸੂਲਾਂ ਨਾਲ ਪੋਲੀਟਿਕਸ ਕਰੋ। ਤੁਸੀਂ ਦੇਖੋ 32 ਸਾਲ ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ 'ਚ, ਔਰ ਮੈਨੂੰ ਬੜਾ ਮਾਣ ਸਤਿਕਾਰ ਮਿਲਿਆ। ਦੂਸਰੇ ਪਾਸੇ ਜਿਨ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ ਨਾ ਜੀ, ਦੇਖੋ MLA ਬਣਨਾ, MP ਬਣਨਾ ਬੜੀ ਛੋਟੀ ਗੱਲ ਹੈ, ਉਸ ਅਹੁਦੇ 'ਤੇ ਪਰਫੋਰਮ ਕਰਨਾ, ਇਨਸਾਫ ਕਰਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ। ਇਹ ਉਹ ਲੋਕ ਆ ਜਿਨ੍ਹਾਂ ਦੀ ਬਦੌਲਤ ਇਸ ਅਹੁਦੇ ਦੀ ਅਹਿਮੀਅਤ ਵੀ ਖਤਮ ਹੋ ਗਈ MP ਦੀ। ਮਹਾਰਾਣੀ ਪ੍ਰਨੀਤ ਕੌਰ 20 ਸਾਲ ਮੈਂਬਰ ਪਾਰਲੀਮੈਂਟ ਰਹੇ ਹਾਂ, ਕੋਈ ਇੱਕ ਬੈਂਚਮਾਰਕ ਨਹੀਂ ਦੱਸ ਸਕਦੇ ਜਿਹੜਾ ਕਹਿ ਦੇਣ ਵੀ ਇਸ ਜ਼ਿਲ੍ਹੇ 'ਚ ਕੋਈ ਕੰਮ ਕਰਵਾਇਆ ਹੋਵੇ। ਮੈਨੂੰ ਤਾਂ ਬੜਾ ਅਫਸੋਸ ਹੋਇਆ, ਮੈਂ ਦੇਵੀਨਗਰ ਗਿਆ, ਫਿਰ ਉਸ ਤੋਂ ਬਾਅਦ ਸਤਰਾਣੇ ਗਿਆ। ਹਰ ਸਾਲ ਲੋਕ ਆਪਣੀਆਂ ਫਸਲਾਂ ਡੁੱਬਣ ਦਾ ਇੰਤਜ਼ਾਰ ਕਰਦੇ ਆ, ਫਿਰ ਜ਼ਮੀਨ ਨੂੰ ਤਿਆਰ ਕਰਦੇ ਆ, ਅਗਲੇ ਸਾਲ ਫਿਰ ਡੁੱਬ ਜਾਂਦੀ ਹੈ। ਦੋ ਲੇਕਿਨ ਇਸ ਵੇਲੇ ਅਕਾਲੀ ਦਲ ਦੀ ਪੂਰੇ ਪੰਜਾਬ ਦੇ ਵਿੱਚ ਹਾਲਤ ਇੰਨੀ ਚੰਗੀ ਨਹੀਂ ਹੈ। ਚੰਗੀ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਆ ਜੀ, ਆਹ ਪੰਜਾਬ ਬਚਾਓ ਯਾਤਰਾ ਹੋਈ ਆ, 10-10 ਵਜੇ ਤੱਕ ਲੋਕ ਸੜਕਾਂ 'ਤੇ ਰਹੇ ਆ, ਸਨੌਰ 'ਚ ਯਾਤਰਾ ਹੋਈ, 20,000 ਲੋਕ ਸੜਕਾਂ 'ਤੇ ਖੜ੍ਹੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਇੰਤਜ਼ਾਰ ਕਰ ਰਹੇ ਤੇ, ਅਸੀਂ ਆਪਣੀ ਪਰਫਾਰਮੈਂਸ 'ਤੇ ਵੋਟਾਂ ਮੰਗ ਰਹੇ ਹਾਂ। ਤੁਸੀਂ ਦੇਖੋ ਮੈਂ ਇੱਕ ਦਿਨ ਲੇਕਿਨ ਭਗਵੰਤ ਮਾਨ ਹੋਰੀ ਕਹਿ ਰਹੇ ਸੀ, ਉਹਨਾਂ ਨੇ ਇੱਕ ਟੋਂਟ ਮਾਰਿਆ, ਉਹਨਾਂ ਨੇ ਕਿਹਾ ਕਿ ਜਥੇਦਾਰ ਇਹ ਕਹਿ ਰਹੇ ਕਿ ਅਰਦਾਸ ਕਰ ਰਹੇ ਨੇ ਕਿ ਮੈਨੂੰ ਕੋਈ ਟਿਕਟ ਨਾ ਦੇਵੇ ਇਸ ਵਾਰ ਅਕਾਲੀ ਦਲ ਦੀ। ਮੈਂ ਤਾਂ ਰੋਜ਼ ਇਹੀ ਗੱਲ ਜਿਹੜਾ ਉਹ ਜ਼ਿਕਰ ਕਰਦਾ, ਕਿਉਂਕਿ ਅਕਾਲੀ ਦਲ ਦੇ ਤਾਂ ਕੈਂਡੀਡੇਟ ਜਿਤਨੇ ਆਮ ਆਦਮੀ ਪਾਰਟੀ ਦੀ ਜਿਹੜੀ ਨਾ ਇਹ ਦੁਰਦਸ਼ਾ ਹੈ ਪੰਜਾਬ ਦੇ ਅੰਦਰ। ਤੁਸੀਂ ਦੇਖੋ ਕਿ ਜਿੰਨੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਨੇ ਤਾਰੇ ਆ, 30-30, 40-40 ਸਾਲ ਤੋਂ ਪਾਰਟੀ ਦੀ ਸੇਵਾ 'ਚ ਆ, ਅਤੇ ਇੱਧਰ ਆਮ ਆਦਮੀ ਪਾਰਟੀ ਦੀ ਹਾਲਤ ਦੇਖੋ ਤੁਸੀਂ, ਜਲੰਧਰ 'ਚ ਕਿਆ ਹੋਇਆ, ਡਰਿੰਕੂ ਨੂੰ ਕਾਂਗਰਸ ਤੋਂ ਲਿਆਏ, ਆਮ ਆਦਮੀ ਪਾਰਟੀ ਦਾ ਧੱਕੇ ਨਾਲ MP ਬਣਾਇਆ, ਟਿਕਟ ਅਨਾਊਂਸ ਕਰਦੀ, ਟਿਕਟ ਛੱਡ ਕੇ BJP ਦੇ ਅੰਦਰ ਵੜ ਗਿਆ। ਲੇਕਿਨ ਇਹ ਗੱਲ ਮੈਂ ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਕਰਦਾ, ਸਭ ਤੋਂ ਪੁਰਾਣੇ ਲੀਡਰ ਸੀਗੇ, ਉਹਨਾਂ ਦੀ ਨੂੰਹ ਤੇ ਉਹਨਾਂ ਦਾ ਬੇਟਾ ਸ਼ਾਮਲ ਜਿਹੜਾ BJP ਦੇ ਵਿੱਚ ਹੋ ਗਏ। ਦੇਖੋ ਪਰਿਵਾਰ ਦੇ ਆਪਣੇ ਫੈਸਲੇ ਆ, ਸਿਕੰਦਰ ਸਿੰਘ ਮਲੂਕਾ ਜੀ ਨੇ ਬੜੀ ਦੇਰ ਪਾਰਟੀ ਦੀ ਸੇਵਾ ਕਰੀ, ਸਾਡੇ ਸਤਿਕਾਰਯੋਗ ਆ। ਹੁਣ ਕਈ ਵਾਰੀ ਜ਼ਰੂਰੀ ਥੋੜ੍ਹੀ ਆ ਵੀ ਹਾਲਾਤ 'ਤੇ ਵੀ ਉਹਨਾਂ ਦਾ ਕੰਟਰੋਲ ਹੋਵੇ, ਕਈ ਵਾਰੀ ਹੋ ਜਾਂਦਾ ਪਰਿਵਾਰ, ਲੇਕਿਨ ਉਹਨਾਂ ਦੇ ਇਸ ਤਰ੍ਹਾਂ ਦੇ ਫੈਸਲੇ। ਦੇਖੋ ਮੇਰੀ ਗੱਲ ਸੁਣੋ, ਸਿਕੰਦਰ ਸਿੰਘ ਮਲੂਕਾ ਨੇ ਅਜੇ ਤੱਕ ਆਪਣੀ ਨੂੰਹ ਦੀ ਕੋਈ ਸਪੋਰਟ ਨਹੀਂ ਕਰੀ। ਠੀਕ ਆ, ਘਰ ਦੇ ਹਾਲਾਤ ਇਸ ਤਰ੍ਹਾਂ ਦੇ ਆ, ਕਈ ਵਾਰੀ ਬੰਦੇ ਨੂੰ ਮਜਬੂਰ ਕਰ ਦਿੰਦੇ ਆ, ਪਰ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਜਿੰਨਾ ਇਨਫਰਾਸਟਰਕਚਰ ਕ੍ਰੀਏਟ ਕਰਿਆ, ਸੜਕਾਂ, ਏਅਰਪੋਰਟ, ਬਿਜਲੀ, ਪਾਣੀ, ਸਭ ਕੁਛ, ਔਰ ਜਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਆ, ਚਾਹੇ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਮਾਫ਼ ਆ, ਚਾਹੇ 200 ਯੂਨਿਟ ਗਰੀਬਾਂ ਦੇ ਮਾਫ਼ ਕਰ ਲਈ, ਆਟਾ ਦਾਲ ਸਕੀਮ, ਸਘਨ ਸਕੀਮ, ਪੈਨਸ਼ਨ ਸਕੀਮ, ਇੱਥੋਂ ਦੀ 8 ਕਿਲੋਮੀਟਰ ਦੀ ਦੂਰੀ 'ਤੇ ਕਿਸਾਨ ਬੈਠੇ ਹੋਏ ਸ਼ੰਭੂ 'ਤੇ, ਬਿਲਕੁਲ 4 ਮਹੀਨਿਆਂ ਤੋਂ ਬੈਠੇ ਹੋਏ ਨੇ,
ਉਹ ਕਹਿੰਦੇ ਜਿੰਨਾ ਬੀਜੇਪੀ ਜ਼ਿੰਮੇਵਾਰ ਆ ਉਹਨਾਂ ਅਕਾਲੀ ਦਲ ਵੀ ਜ਼ਿੰਮੇਵਾਰ ਆ। ਅਕਾਲੀ ਦਲ ਨੂੰ ਵੀ ਇੰਨਾ ਪਸੰਦ ਨਹੀਂ, ਕਿਸੇ ਕਿਸਾਨ ਨੇ ਨਹੀਂ ਕਿਹਾ ਹੈਗਾ, ਇਹ ਤੁਹਾਡੀ ਪਰਸੈਪਸ਼ਨ ਹੈਗੀ ਆ। ਕਿਸਾਨਾਂ ਨੂੰ ਜੋ ਕੁਛ ਵੀ ਮਿਲਿਆ ਸ਼੍ਰੋਮਣੀ ਅਕਾਲੀ ਦਲ ਨੇ ਦਿਆ, ਜੇ ਅੱਜ ਪੰਜਾਬ 'ਚ 14 ਲੱਖ ਕਨੈਕਸ਼ਨ ਆ ਨਾ, 13 ਲੱਖ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਦਏ ਹੋਏ ਆ, ਔਰ ਸਭ ਤੋਂ ਪਹਿਲਾਂ ਹਿੰਦੁਸਤਾਨ 'ਚ ਬਿਜਲੀ ਦੇ ਬਿੱਲ ਬਾਦਲ ਸਾਹਿਬ ਨੇ ਮਾਫ਼ ਕਰੇ ਤੇ, ਕਿਸਾਨਾਂ ਦਾ ਗੱਡਾ ਕਹਿ ਕੇ ਟਰੈਕਟਰ ਦਾ ਜਿਹੜਾ ਮਾਫ਼ ਕਰਿਆ, ਤਾਂ ਆਹ 7 ਸਾਲਾਂ 'ਚ ਇੱਕ ਕਨੈਕਸ਼ਨ ਨਹੀਂ ਹੋਇਆ ਮੇਰੇ ਹਲਕੇ 'ਚ। 500 ਚੇਅਰਮੈਨ ਕੋਟੇ ਦੇ ਕਨੈਕਸ਼ਨ ਹੋਏ, ਕਿਸਾਨ ਨਾਲ ਖੜਨਗੇ ਅਕਾਲੀ ਦਲ ਦੇ 200%। ਕਿਸਾਨ ਤਾਂ ਆਪਣੀ ਪਾਰਟੀ ਨਾਲ ਹੀ ਖੜਨਗੇ। ਅਸੀਂ ਪੰਜਾਬ ਦੇ ਹੱਕਾਂ ਵਾਸਤੇ ਮਨਿਸਟਰੀਆਂ ਵੀ ਛੱਡੀਆਂ, MP ਸੀਟਾਂ ਵੀ ਛੱਡੀਆਂ ਪੰਜਾਬ ਦੇ ਹੱਕਾਂ ਵਾਸਤੇ। ਤੁਸੀਂ ਦੇਖੋ ਅੱਜ ਕਿਸਾਨੀ ਦਾ ਮਸਲਾ MSP ਦਾ, ਡਟ ਕੇ ਖੜਾਂਗੇ। ਆਹ ਜਿਹੜੇ ਆਮ ਆਦਮੀ ਵਾਲੇ ਕਹਿ ਰਹੇ ਤੇ ਵੀ ਅਸੀਂ ਕਿਸਾਨਾਂ ਨਾਲ ਖੜਾਂਗੇ, ਹਰਿਆਣੇ ਤੋਂ ਪੁਲਿਸ ਬੁਲਾ ਕੇ ਪੰਜਾਬ 'ਚ ਗੋਲੀਆਂ ਮਰਵਾਈਆਂ, ਅੱਜ ਤੱਕ ਵੀ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੋਈ। ਲੇਕਿਨ ਤੁਹਾਡੇ ਵਿਰੋਧੀ ਇਹ ਕਹਿੰਦੇ ਕਿ ਅੰਦਰੋਂ ਅਕਾਲੀ ਦਲ ਤੇ BJP ਮਿਲੇ ਹੋਏ ਨੇ, ਕਹਿੰਦੇ ਕਿ ਇਹ ਤਾਂ ਅਲਾਇੰਸ ਹੋਣਾ ਹੀ ਹੋਣਾ ਹੈ। ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਇਹ ਕਹਿੰਦੇ ਨੇ, ਕਿਹਨਾਂ ਵਿਰੋਧੀਆਂ ਦੀ ਗੱਲ ਕਰ ਰਹੇ ਹਾਂ? ਚੰਡੀਗੜ੍ਹ 'ਚ ਕਾਂਗਰਸ ਦੇ ਨਾਲ ਜੱਫੀਆਂ ਪਾਉਂਦੇ ਆ, ਕਾਂਗਰਸ ਨੂੰ ਕਹਿੰਦੇ ਆ ਪੰਜਾਬ ਦੀ ਰਾਜਧਾਨੀ 'ਚ ਬੈਠ ਕੇ ਭਗਵੰਤ ਮਾਨ ਜੀ, ਵੀ ਕਾਂਗਰਸ ਤੋਂ ਵਧੀਆ ਕੋਈ ਪਾਰਟੀ ਨਹੀਂ ਹੁੰਦੀ। 1 ਕਿਲੋਮੀਟਰ ਦੂਰ ਜੀਰਕਪੁਰ ਜਾ ਕੇ ਕਹਿੰਦੇ ਆ ਵੀ ਕਾਂਗਰਸ ਤੋਂ ਵੱਡੀ ਭ੍ਰਿਸ਼ਟਾਚਾਰੀ ਕੋਈ ਪਾਰਟੀ ਨਹੀਂ, ਸਭ ਤੋਂ ਮਾੜੀ ਪਾਰਟੀ ਆ, ਇਹਨੂੰ ਵੋਟ ਨਾ ਪਾਓ। ਅਸੀਂ ਸਟੇਜਾਂ ਸ਼ੇਅਰ ਕਰ ਰਹੇ ਹਾਂ BJP ਨਾਲ। ਅਸੀਂ ਜੇ BJP ਸਾਨੂੰ ਚਾਹੁੰਦੀ ਸੀਗੀ ਅਲਾਇੰਸ ਕਰਨਾ, ਅਸੀਂ ਬਿਲਕੁਲ ਕਲੀਅਰ ਕੱਟ ਕਿਹਾ ਵੀ ਸਾਡੇ ਆਹ ਮਸਲੇ ਆ ਪੰਜਾਬ ਦੇ, MSP ਦਾ ਮਸਲਾ ਹੈਗਾ, ਬੰਦੀ ਸਿੰਘਾਂ ਦੀ ਜਿਹੜੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਇਨਸਾਫ਼ ਦਿਵਾਉਣ ਦਾ ਮਸਲਾ ਹੈਗਾ, ਭਾਖੜਾ ਡੈਮ 'ਚ ਮੈਂਬਰ ਸਾਡਾ ਕੱਢਦਾ ਰਾਜਧਾਨੀਆਂ ਦਾ ਮਸਲਾ। BJP ਤੋਂ ਬਿਨਾਂ ਅਕਾਲੀ ਦਲ ਦੇ ਲਈ ਇੱਕ ਵੱਡਾ ਸੰਕਟ, ਵੱਡਾ ਚੈਲੇਂਜ ਸਾਹਮਣੇ ਰਹੇਗਾ, ਕਿਉਂਕਿ ਕਿਹਾ ਜਾਂਦਾ ਕਿ ਸ਼ਹਿਰੀ ਵੋਟ BJP ਦੀ ਰਹਿੰਦੀ ਹੈ, ਪਿੰਡਾਂ ਦੀ ਵੋਟ ਜਿਹੜੀ ਹੈ ਉਹ ਅਕਾਲੀ ਦਲ ਦੀ ਰਹਿੰਦੀ ਹੈ। ਜੇਕਰ ਦੋਵਾਂ ਦੀ ਵੋਟ ਕੈਲਕੂਲੇਟ ਕੀਤੀ ਜਾਵੇ ਤਾਂ ਦੋਵਾਂ ਬਾਕੀ ਪਾਰਟੀਆਂ ਨਾਲੋਂ ਮਜ਼ਬੂਤ ਹੁੰਦੀ ਹੈ। ਜਿਹੜਾ BJP ਨਾਲ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਮਝੌਤਾ ਉਸ ਟਾਈਮ ਹੋਇਆ ਸੀਗਾ ਨਾ ਜੀ, ਕੋਈ ਵੋਟਾਂ ਲੈਣ ਵਾਸਤੇ ਨਹੀਂ ਹੋਇਆ ਦਾ, ਤੁਸੀਂ ਉਹਦੇ ਪਿਛੋਕੜ 'ਚ ਜਾਓ ਪਿੱਛੇ। ਪੰਜਾਬ ਦੇ ਅੰਦਰ ਕਾਂਗਰਸੀ ਨੇ, ਕਾਂਗਰਸ ਦੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਕਰਵਾਇਆ, 84 'ਚ ਕਤਲੇਆਮ ਕਰਿਆ, ਹਿੰਦੂ ਸਿੱਖ ਭਾਈਚਾਰਕ ਸਾਂਝ ਖਤਮ ਕਰਨ ਦੀ ਕੋਸ਼ਿਸ਼ ਕਰੀ, ਕੜੱਤਣ ਪੈਦਾ ਕਰ ਦੀ। ਉਸ ਕੜੱਤਣ ਨੂੰ ਹੀ ਕਾਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਹ ਫੈਸਲਾ ਲਿਆ ਦਾ। ਜਦੋਂ ਸਾਡਾ ਸਮਝੌਤਾ ਹੋਇਆ ਪੂਰੇ ਦੇਸ਼ 'ਚ BJP ਦੀ 1 ਸੀਟ ਵੀ ਨਹੀਂ ਤੀ ਹੈਗੀ। ਲੇਕਿਨ ਲੱਗਦਾ ਨਹੀਂ ਕਿ ਨੁਕਸਾਨ ਹੋਏਗਾ, ਨੁਕਸਾਨ ਨਹੀਂ ਹੋਊਗਾ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਆ, ਪੰਜਾਬ ਦੇ ਹਿੱਤਾਂ ਦੀ ਲੜਾਈ ਲੜਨ ਵਾਲੀ ਪਾਰਟੀ ਆ। ਤੁਸੀਂ ਦੇਖੋ ਵੀ ਜਦੋਂ 10-10 ਵਜੇ ਤੱਕ ਲੋਕ ਇੰਤਜ਼ਾਰ ਕਰਦੇ ਆ, ਸੋ ਜੋ ਇਨਫਰਾਸਟਰਕਚਰ ਕ੍ਰੀਏਟ ਹੋਇਆ, ਜੋ ਪੰਜਾਬ ਦੇ ਹੱਕਾਂ ਦੀ ਲੜਾਈ ਆ, ਸ਼੍ਰੋਮਣੀ ਅਕਾਲੀ ਦਲ ਨੇ ਪਾਣੀਆਂ ਦੀ ਲੜਾਈ ਲੜੀ ਆ, ਜਿਸ ਹਲਕੇ 'ਚ ਮੈਂ ਖੜਿਆ ਕਪੂਰੀ ਦਾ ਮੋਰਚਾ ਇੱਥੋਂ ਸ਼ੁਰੂ ਹੋਇਆ ਤਾ, ਜੇ ਕਪੂਰੀ ਦਾ ਮੋਰਚਾ ਨਾ ਲੱਗਦਾ ਤਾਂ ਅੱਜ SYL ਹੁਣ ਤੱਕ ਬਣੀ ਹੁੰਦੀ। ਲੇਕਿਨ ਭਗਵੰਤ ਮਾਨ ਹੋਰੀ ਕਹਿੰਦੇ ਕਿ ਪਗਵਟ ਯਾਰੀ ਜਿਹੜੀ ਹੈ ਉਹ ਬਾਦਲ ਪਰਿਵਾਰ ਨੇ ਨਿਭਾਈ, ਕਹਿੰਦੇ ਨਹਿਰ ਤੱਕ ਜਿਹੜੀ ਹੈ ਫਾਰਮ ਹਾਊਸ ਤੱਕ ਨਹਿਰ ਲੈ ਗਏ, ਕਹਿੰਦੇ ਕਈ ਕਈ ਇੰਚ ਜਿਹੜੀ ਹੈ ਉਹ ਨਹਿਰ ਉੱਚੀ ਕਰਵਾ ਦਿੱਤੀ ਕਿਉਂਕਿ ਮਿਲੀ ਭਗਤ ਸੀਗੀ ਉਸ ਵੇਲੇ ਚੌਟਾਲਾ ਪਰਿਵਾਰ ਦੇ ਨਾਲ। ਇਹ ਆਮ ਆਦਮੀ ਪਾਰਟੀ ਇਲਜ਼ਾਮ ਲਗਾਉਂਦੀ ਹੈ। ਤੁਸੀਂ ਪਟਿਆਲਾ ਦਾ ਜ਼ਿਕਰ ਕਰਤਾ, SYL ਦਾ ਜ਼ਿਕਰ ਕਰਤਾ, SYL ਤੁਹਾਡੇ ਹੀ ਏਰੀਏ ਦੇ ਵਿੱਚ ਹੈ, ਤਾਂ ਇੱਕ ਵੱਡਾ ਸਭ ਤੋਂ ਵੱਡਾ ਚੈਲੰਜ ਜਿਹੜਾ ਮਾਨ ਜਿਹੜੀ ਗੱਲਾਂ ਕਰਦਾ ਨਾ ਜੀ, ਉਹ ਸਵੇਰੇ ਪੈਗ ਲਾ ਲੈਂਦਾ ਹੈਗਾ 9 ਵਜੇ। ਪੰਜਾਬ ਉਹਨਾਂ ਗੁਰੂਆਂ ਪੀਰਾਂ ਦੀ ਧਰਤੀ ਆ, ਔਰ ਐਡੇ ਮਹਾਨ ਜਰਨੈਲ ਇੱਥੇ ਪੈਦਾ ਹੋਏ ਆ, ਮਹਾਰਾਜਾ ਰਣਜੀਤ ਸਿੰਘ ਵਰਗੇ, ਹਰੀ ਸਿੰਘ ਨਲਵਾ ਜੀ ਵਰਗੇ, ਜੱਸਾ ਸਿੰਘ ਰਾਮਗੜੀਆ ਵਰਗੇ, ਉਸ ਸੀਟ 'ਤੇ ਅੱਜ ਸ਼ਰਮ ਮਹਿਸੂਸ ਹੁੰਦੀ ਆ ਜਦੋਂ ਭਗਵੰਤ ਮਾਨ 9 ਵਜੇ ਵਿਧਾਨ ਸਭਾ 'ਚ ਸ਼ਰਾਬ ਪੀ ਕੇ ਚਲਿਆ ਜਾਂਦਾ, ਅਤੇ ਉਹਦੀ ਲੈਂਗੁਏਜ ਦੇਖੋ, ਉਹ ਬਾਜਵਾ, ਉਹ ਫਲਾਣਾ ਟੀ ਇਹ ਨਹੀਂ। ਅੱਜ ਪੰਜਾਬ 'ਚ ਮੈਂ ਕਹਿੰਦਾ ਇਹ ਪੰਜਾਬੀਆਂ ਨੇ
ਸਭ ਤੋਂ ਵੱਡੀ ਬਲੰਡਰ ਮਿਸਟੇਕ ਕਰੀ ਹੈ। SYL ਦਾ ਮੁੱਦਾ ਤੁਸੀਂ ਇਸ ਵੇਲੇ ਕਿਵੇਂ ਹੱਲ ਕਰਾਓਗੇ, ਕਿਵੇਂ SYL ਦਾ ਮੁੱਦਾ, ਕਿਉਂਕਿ ਆਮ ਆਦਮੀ ਪਾਰਟੀ ਤੁਹਾਡੇ ਤੇ ਇਲਜ਼ਾਮ ਲਗਾਉਂਦੀ ਕਿ ਕਾਂਗਰਸ ਜਿੰਨੀ ਦੋਸ਼ੀ ਓਨੀ ਅਕਾਲੀ ਦਲ ਵੀ ਦੋਸ਼ੀ ਹੈ। ਆਮ ਆਦਮੀ ਪਾਰਟੀ ਸਿਰਫ ਇਲਜ਼ਾਮ ਲਾ ਕੇ ਬਣੀ ਹੈ। SYL ਦੀ ਲੜਾਈ ਜਿਹੜੀ ਸ਼ੁਰੂ ਤੋਂ ਹੀ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਲੜਦਾ ਰਿਹਾ। ਜੇਕਰ ਉਸ ਟਾਈਮ ਅਮਰਿੰਦਰ ਸਿੰਘ ਸੋਨੇ ਦੀ ਕਹੀ ਲੈ ਕੇ ਜਿਹੜਾ ਟੱਕ ਲਾਣਾ ਹੈ ਤਾਂ ਇੰਦਰਾ ਗਾਂਧੀ ਨਾਲ, ਚਾਂਦੀ ਦੀ, ਚਲੋ ਮੈਂ ਸੋਨੇ ਦੀ ਕਹਿਤਾ, ਉਸ ਟਾਈਮ ਕਿਹਨੇ ਰੋਕਿਆ ਤਾ? ਸ਼੍ਰੋਮਣੀ ਅਕਾਲੀ ਦਲ ਨੇ ਰੋਕਿਆ ਨਾ। ਜੇ ਕਪੂਰੀ ਮੋਰਚਾ ਨਾ ਲੱਗਦਾ ਕਿ SYL ਰੁਕ ਜਾਂਦੀ, ਫਿਰ ਟੋਟਲ ਜਿੰਨੀਆਂ ਜ਼ਮੀਨਾਂ ਡੀ ਨੋਟੀਫਾਈ ਕਰਤੀਆਂ, ਜ਼ਮੀਨ SYL ਦੀ ਹੈ ਕੋਈ ਨਹੀਂ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਰੀ। ਅੱਗੇ ਵੀ ਅਸੀਂ ਡਟ ਕੇ ਲੜਾਈ ਲੜਾਂਗੇ, ਅਸੀਂ ਸਾਡਾ ਤਾਂ ਫੈਸਲਾ ਆ ਵੀ ਪੰਜਾਬ ਦੇ ਅੰਦਰ ਪੰਜਾਬ ਦੀ ਇੱਕ ਬੂੰਦ ਵੀ ਪਾਣੀ ਦੂਸਰੀਆਂ ਸਟੇਟਾਂ ਨੂੰ ਨਹੀਂ ਜਾਣ ਦੇਣੀ, ਚਾਹੇ ਕੁਛ ਵੀ ਹੋ ਜਾਏ। ਇਹੀ ਸਾਡਾ ਪਟਿਆਲਾ ਤੋਂ ਮੁਕਾਬਲਾ ਕਿਸ ਦੇ ਨਾਲ ਲੱਗਦਾ, ਜਦੋਂ ਪਰਨੀਤ ਕੌਰ ਕਹਿੰਦੇ ਕਿ ਪਟਿਆਲਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਹੈ, ਧਰਮਵੀਰ ਗਾਂਧੀ ਦੀ ਇੱਕ ਆਪਣੀ ਇੱਕ ਫੈਨ ਫੋਲੋਇੰਗ ਹੈ, ਡਾਕਟਰ ਬਲਬੀਰ ਹੋਰਾਂ ਦੇ ਮੌਜੂਦਾ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਨੇ, ਮੁਕਾਬਲਾ ਕਿਸ ਦੇ ਨਾਲ ਲੱਗਦਾ? ਫੈਨ ਫੋਲੋਇੰਗ 'ਤੇ ਵੋਟਾਂ ਨਹੀਂ ਪੈਂਦੀਆਂ ਜੀ, ਵੋਟਾਂ ਕਾਰਗੁਜ਼ਾਰੀ 'ਤੇ ਪੈਂਦੀਆਂ ਜੀ। ਮੈਂ ਤੁਹਾਨੂੰ ਦੱਸ ਰਿਹਾ ਵੀ ਇੱਥੇ ਆਹ ਖੜ੍ਹੇ ਹਾਂ ਅਸੀਂ ਸਾਹਮਣੇ, ਘੱਗਰ ਚੱਲ ਰਿਹਾ ਦੇਵੀ ਨਗਰ 'ਚ, ਸਤਰਾਣੇ 'ਚ ਗਿਆ ਮੈਂ, ਇੰਨੀ ਸ਼ਰਮ ਮਹਿਸੂਸ ਹੋਈ। ਹਰ ਸਾਲ ਲੋਕ ਨਾ ਜੀ ਆਪਣੀ ਹੜ੍ਹ ਆਉਂਦੇ ਆ, ਫਸਲ ਬਰਬਾਦ ਹੁੰਦੀ ਆ, ਦੁਬਾਰਾ ਫਿਰ ਕਿਸਾਨ ਠੀਕ ਕਰਦੇ ਆ, ਅਗਲੇ ਸਾਲ ਫਿਰ ਹੜ੍ਹ ਜਾਂਦੇ ਆ। ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ, 2007 ਤੋਂ 2017 ਤੱਕ ਅਕਾਲੀ ਦਲ ਸੀ, ਅਕਾਲੀ ਦਲ ਨੇ ਨਹੀਂ ਕੀਤਾ ਕੁਛ, ਜਿਹੜੇ ਜ਼ਿੰਮੇਵਾਰ ਬੰਦੇ ਕੁਛ ਨਹੀਂ ਕਰਿਆ। ਚਲੋ ਮਹਾਰਾਣੀ ਪ੍ਰਨੀਤ ਕੌਰ ਦਾ ਘਰ ਵਾਲਾ ਤਾਂ ਮੁੱਖ ਮੰਤਰੀ ਪੰਜਾਬ ਰਿਹਾ, ਅਤੇ ਆਪ 4 ਵਾਰੀ ਮੈਂਬਰ ਪਾਰਲੀਮੈਂਟ ਰਹੀ ਆ। ਆਹ ਮੈਂ ਮੇਰੇ ਹਲਕੇ ਦੀ ਦੱਸਾਂ, ਸੜਕਾਂ ਬਣਨੀਆਂ ਅਤੇ ਮੈਂ ਸੁਖਬੀਰ ਬਾਦਲ ਜੀ ਨੂੰ ਲਿਆਇਆ, ਇੱਕ ਦਿਨ 'ਚ 400 ਕਰੋੜ ਰੁਪਏ ਸੈਂਕਸ਼ਨ ਕਰਵਾ ਕੇ 200 ਫੁੱਟ ਚੌੜੀ ਰੋਡ ਵੀ ਬਣਾ ਦਿੱਤੀ, ਸਾਰਾ ਕਰਵਾ ਦਿੱਤਾ। ਉਹ ਆਪਣਾ ਡੇਰਾ ਵੀ ਸੀ, ਓਵਰ ਬ੍ਰਿਜ ਬਣਨਾ ਤਾਂ ਮਹਾਰਾਣੀ ਪ੍ਰਨੀਤ ਕੌਰ ਮਿਨਿਸਟਰ ਸੀਗੇ ਕੇਂਦਰ 'ਚ, ਸਾਰਾ ਇਲਾਕਾ ਪਿੱਟ ਕੇ ਮਰ ਗਿਆ, ਬਣਾ ਨਹੀਂ ਸਕੀ। ਮੈਨੂੰ ਜ਼ਿੰਮੇਵਾਰੀ ਮਿਲੀ, ਮੈਂ ਬਾਦਲ ਸਾਹਿਬ ਨੂੰ ਦਿੱਲੀ ਲੈ ਕੇ ਗਿਆ, 11 ਮਹੀਨੇ 'ਚ ਪੁਲ ਬਣ ਗਿਆ ਤਾ। ਅੱਜ ਇਹ 500-400 ਕਰੋੜ ਰੁਪਇਆ ਘੱਗਰ ਦੇ ਜਿਹੜੇ ਬੰਦ ਲਾ ਕੇ ਨਹੀਂ ਰੋਕ ਸਕਦੀ ਤੀ, 1000 ਕਰੋੜ ਦਾ ਫੰਡ ਹੁੰਦਾ, ਘਰ ਵਾਲਾ CM ਹੁੰਦਾ ਹੈਗਾ। ਮਲੂਕਾ ਹੋਰਾਂ ਦੀ ਜਦੋਂ ਨੂੰਹ ਸ਼ਾਮਲ ਹੋਏ ਤਾਂ ਉਸ ਵੇਲੇ ਸੁਖਬੀਰ ਬਾਦਲ ਹੋਰਾਂ ਨੇ ਕਿਹਾ ਕਿ ਜਿਹੜੇ ਭਾਜਪਾ ਜਾ ਰਹੇ ਉਹਨਾਂ ਦਾ DNA ਚੈੱਕ ਹੋਣਾ ਚਾਹੀਦਾ। ਮਲੂਕਾ ਹੋਰਾਂ ਦੀ ਨੂੰਹ ਨੇ ਜਵਾਬ ਦੇ ਦਿੱਤਾ, ਕਹਿੰਦੇ ਸੁਖਬੀਰ ਬਾਦਲ ਹੋਰਾਂ ਨੂੰ ਤਾਂ DNA ਦੀ ਫੁੱਲ ਫਾਰਮ ਨਹੀਂ ਪਤਾ ਹੋਣੀ। ਚਲੋ ਉਹਨਾਂ ਦੀਆਂ ਗੱਲਾਂ, ਸੁਖਬੀਰ ਬਾਦਲ ਜੀ ਇਕਨੋਮਿਸਟ ਹੈਗੇ ਆ, ਕਿੱਥੇ ਕੈਲੀਫੋਰਨੀਆ ਯੂਨੀਵਰਸਿਟੀ 'ਚ ਪੜ੍ਹੇ ਆ, ਪੰਜਾਬ ਦੇ ਵੱਡੇ ਸਕੂਲਾਂ 'ਚ ਪੜ੍ਹੇ ਆ। ਅੱਜ ਪੰਜਾਬ ਦਾ ਵਿਜ਼ਨ ਆ, ਆਹ ਜਿਹੜੀਆਂ ਸੜਕਾਂ, ਏਅਰਪੋਰਟ, ਬਿਜਲੀ, ਪਾਣੀ, IT ਸਿਟੀ, ਮੈਡੀ ਸਿਟੀ, ਐਜੂਕੇਸ਼ਨ ਸਿਟੀ, ਸਾਈਕਲ, ਇਨਫੋਸਿਸ, ਮਹਿੰਦਰਾ, ਕਿੰਨੀਆਂ ਕੰਪਨੀਆਂ ਕੌਣ ਲੈ ਕੇ ਆਇਆ? ਸਰਦਾਰ ਸੁਖਬੀਰ ਸਿੰਘ ਬਾਦਲ ਲੈ ਕੇ ਆਇਆ। ਇੰਟਰਨੈਸ਼ਨਲ ਏਅਰਪੋਰਟ ਕੌਣ ਲੈ ਕੇ ਆਇਆ? ਸਰਦਾਰ ਸੁਖਬੀਰ ਸਿੰਘ ਬਾਦਲ ਜੀ ਲੈ ਕੇ ਆਏ ਆ। ਸੋ ਉਹਨਾਂ ਦਾ ਵਿਜ਼ਨ ਸੀਗਾ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣਾ। ਅੱਜ ਪੰਜਾਬ ਬਰਬਾਦ ਹੋ ਰਿਹਾ, ਪੰਜਾਬ ਦੇ ਵਪਾਰੀ ਤੁਸੀਂ ਦੇਖੋ ਕਿੱਥੇ ਜਾ ਰਹੇ ਆ। ਕੋਈ ਦਿਨ ਇਹੋ ਜਿਹਾ ਨਹੀਂ ਜਿਸ ਦਿਨ ਕੋਈ ਮਰਡਰ ਨਹੀਂ ਹੁੰਦੀ, ਗੈਂਗਵਾਰ ਪੰਜਾਬ 'ਚ ਨਹੀਂ ਹੁੰਦੀ ਹੈਗੀ। ਕਰਪਸ਼ਨ ਤਹਿਸੀਲਾਂ 'ਚ 1-1 ਲੱਖ ਰੁਪਇਆ ਰਜਿਸਟਰੀਆਂ ਦਾ ਲੱਗਦਾ ਹੈਗਾ। ਜਿਹੜੇ CM ਦੇ ਸ਼ਬਦ ਹੁੰਦੇ ਆ ਨਾ, ਉਹ ਕਾਨੂੰਨ ਬਣਦੇ ਆ। ਮੇਰੇ ਹਲਕੇ 'ਚ ਭੰਖਰਪੁਰ 'ਚ CM ਸਾਹਿਬ ਸਟੇਟਮੈਂਟ ਦੇ ਕੇ ਚੱਲ ਗਏ ਵੀ ਅੱਜ ਤੋਂ ਬਾਅਦ NOCਆਂ ਬੰਦ, NOC ਤੋਂ ਬਗੈਰ ਕੋਈ ਇੱਕ ਰਜਿਸਟਰੀ ਕਰਵਾ ਕੇ ਦਿਖਾ ਦਿਓ, 1 ਲੱਖ ਰੁਪਇਆ ਦਿਓ ਜਾਂ NOC ਲਿਓ। ਅੱਛਾ ਇਹ ਦੱਸੋ, ਕਿੰਨੀਆਂ ਸੀਟਾਂ ਅਕਾਲੀ ਦਲ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿੱਤ ਸਕਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਨਾਰਾ ਦਿੱਤਾ 13-0? ਹਾਂ ਬਿਲਕੁਲ, ਉਹਨਾਂ ਨੇ ਠੀਕ ਨਾਰਾ ਦਿੱਤਾ, ਉਹਨਾਂ ਦੀ 13-0 ਹੋਣਗੀਆਂ। ਮਤਲਬ ਅਕਾਲੀ ਦਲ ਕਿੱਥੇ ਖੜੀਆਂ ਲੱਗਦੀਆਂ? ਸ਼੍ਰੋਮਣੀ ਅਕਾਲੀ ਦਲ ਦੇਖੋ, ਪੰਜਾਬ ਬਚਾਓ ਯਾਤਰਾ 'ਚ ਮੈਂ ਸੁਖਬੀਰ ਜੀ ਨਾਲ ਰਿਹਾ, ਜਿਸ ਤਰ੍ਹਾਂ ਦਾ ਰਿਸਪੋਂਸ ਆ, ਜਿਸ ਤਰ੍ਹਾਂ ਦਾ, ਮੈਨੂੰ ਪੂਰਨ ਉਮੀਦ ਆ ਵੀ ਪੰਜਾਬ ਪੰਜਾਬੀਆਂ ਦੀ ਪਾਰਟੀ ਨਾਲ
ਖੜਨਗੇ ਜਿਹੜੇ ਦੇਸ਼ ਦੀਆਂ ਪਾਰਟੀਆਂ, ਤਿੰਨੋਂ ਹੀ ਦਿੱਲੀ ਦੀਆਂ ਪਾਰਟੀਆਂ, ਉਹ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ, ਸਾਡੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਖਤਮ ਕਰਨਾ ਚਾਹੁੰਦੀਆਂ। ਸੋ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਜਾਬੀ ਖੜਨਗੇ, ਤੁਸੀਂ ਰਿਜ਼ਲਟ ਦੇਖਿਓ 2 ਤਰੀਕ ਨੂੰ, 13 ਸੀਟਾਂ ਅਸੀਂ ਜਿੱਤਾਂਗੇ। 13 ਤੁਸੀਂ ਜਿੱਤੋਗੇ? ਬਿਲਕੁਲ 100% ਜਿੱਤਾਂਗੇ, ਦੇਖ ਲਿਓ। ਭਗਵੰਤ ਮਾਨ ਹੋਰੀ ਤਾਂ ਇਹ ਕਹਿ ਰਹੇ, ਕਹਿੰਦੇ ਕਿ ਪਰਿਵਾਰ ਬਚਾਓ ਯਾਤਰਾ ਹੈ, ਪੰਜਾਬ ਬਚਾਓ ਯਾਤਰਾ ਨਹੀਂ ਹੈ। ਭਗਵੰਤ ਮਾਨ ਨੂੰ ਪੁੱਛ ਲਿਓ ਵੀ 13 ਕੈਂਡੀਡੇਟ ਆਮ ਆਦਮੀ ਪਾਰਟੀ ਦੇ ਹੈ ਲੋਕ ਸਭਾ ਲੜਾਉਣ ਵਾਸਤੇ, ਤੁਸੀਂ ਦੇਖੋ ਉੱਥੇ ਹੁਸ਼ਿਆਰਪੁਰ ਤੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਆ, ਹੈ ਜਲੰਧਰ ਚ ਦੇ ਦੂਸਰੀਆਂ ਪਾਰਟੀਆਂ ਤੋਂ ਲੱਭ ਰਹੇ ਆ, ਕਿਸੇ ਸੀਟ ਤੇ ਵੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ। ਹੁਣ ਕਿੱਥੇ ਗਏ ਉਹ ਪੱਪੂ ਜਿਹੜੇ ਕਹਿੰਦੇ ਤੇ ਸੜਕਾਂ ਤੇ ਅਸੀਂ ਭਟੂਰੇ ਵਾਲਿਆਂ ਨੂੰ ਦੇਵਾਂਗੇ, ਘੜੀਆਂ ਵਾਲਿਆਂ ਨੂੰ ਦੇਵਾਂਗੇ, ਹੁਣ ਕਿਉਂ ਨਹੀਂ ਦੇ ਰਹੇ ਹੈਗੇ? ਸੋ ਲੋਕਾਂ ਨੂੰ ਲੁੱਟਿਆ, ਲੋਕਾਂ ਨੂੰ ਮੂਰਖ ਬਣਾਇਆ, ਅੱਜ ਬੜੀ ਬੜੀ ਗੱਡੀਆਂ 'ਚ ਚੱਲਦੇ ਆ, ਸਿਕਿਉਰਟੀਆਂ ਲੈ ਕੇ 750 ਕਰੋੜ ਰੁਪਇਆ, ਸਾਡੀ ਸਰਕਾਰ 'ਚ 43 ਕਰੋੜ ਰੁਪਇਆ ਤੇ 750 ਕਰੋੜ ਰੁਪਇਆ ਪਬਲਿਸਿਟੀ ਤੇ ਖਰਚ ਕਰ ਰਹੇ ਹਾਂ, ਕਰਿਆ ਕੱਖ ਨਹੀਂ, ਇਕੱਲੀ ਪਬਲਿਸਿਟੀ ਨਾਲ ਕਿਹੜਾ ਵੋਟ ਪਾ ਦੇਊਗਾ ਇਹਨਾਂ ਨੂੰ? ਸੋ 13 ਸੀਟਾਂ ਤੇ ਜਮਾਨਤ ਜ਼ਬਤ ਹੋਊਗੀ। ਜੇ ਪ੍ਰਧਾਨ ਭਗਵੰਤ ਮਾਨ ਇੰਨੇ ਪਾਪੂਲਰ ਹੁੰਦੇ ਤਾਂ 6 ਮਹੀਨੇ 'ਚ ਸੰਗਰੂਰ ਵਾਲੀ ਸੀਟ ਥੋੜ੍ਹੀ ਹਾਰ ਦਿੱਤੇ। ਚਲੋ, ਬੈਸਟ ਆਫ ਲੱਕ। ਥੈਂਕ ਯੂ ਵੈਰੀ। ਤਾਂ ਐਨਕੇ ਸ਼ਰਮਾ ਹੋਰਾਂ ਨੂੰ ਟਿਕਟ ਮਿਲੀ ਹੈ, ਵਿਸ਼ਵਾਸ ਹੈ ਕਿ ਪਟਿਆਲਾ ਦੀ ਸੀਟ ਜਿੱਤਾਂਗੇ, ਲੇਕਿਨ ਇਹ ਸੀਟ ਇੱਕ ਵੱਡਾ ਚੈਲੰਜ ਜਿਹੜਾ ਵਾ ਉਹ ਅਕਾਲੀ ਦਲ ਦੇ ਸਾਹਮਣੇ ਰਹਿਣ ਵਾਲਾ, ਕਿਉਂਕਿ ਇੱਕ ਪਾਸੇ ਪਰਨੀਤ ਕੌਰ ਨੇ, ਪਟਿਆਲਾ ਕੈਪਟਨ ਅਮਰਿੰਦਰ ਸਿੰਘ ਦਾ ਗੜ ਮੰਨਿਆ ਜਾਂਦਾ, ਤਾਂ ਦੂਸਰੇ ਪਾਸੇ ਜਿਹੜੇ ਨੇ ਡਾਕਟਰ ਬਲਬੀਰ ਸਿੰਘ ਹੋਰੀ ਨੇ, ਤਾਂ ਕਾਫੀ ਟਫ ਜਿਹੜਾ ਵਾ ਉਹ ਫਾਈਟ ਪਟਿਆਲੇ ਦੀ ਰਹਿਣ ਵਾਲੀ ਹੈ।